ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸੁਖਦੇਵ ਸਿੰਘ ਖਾਲਸਾ, ਪਿੰਡ ਮਹਿਮਾ, ਜ਼ਿਲ੍ਹਾ ਫਿਰੋਜ਼ਪੁਰ। ਮੋਬਾਇਲ ਨੰਬਰ 9779784074। ਮੈਂ ਇੱਕ ਗੱਲ ਦੇਸ਼ ਦੇ ਕਿਸੇ ਵੀ ਹਿੰਦੂ ਨਾਲ ਨਹੀਂ ਬਲਕਿ ਇੱਕ ਉਸ ਇਨਸਾਨ ਨਾਲ ਕਰਨੀ ਚਾਹੁੰਦਾ ਹਾਂ ਜਿਸ ਨੇ ਸੰਤਾਂ ਦੇ 6 ਜੂਨ ਨੂੰ ਪੁਤਲੇ ਫੂਕਣ ਦੀ ਗੱਲ ਕਹੀ ਹੈ। ਮੈਂ ਉਹਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਦੀ ਸ਼ਾਂਤੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਨਾ ਕਰ। ਜੇ ਤੇਰੇ ਵਿੱਚ ਕੋਈ 1% ਵੀ ਦਮ ਹੈਗਾ, 1% ਵੀ ਦਮ ਹੈਗਾ, ਮੇਰਾ ਸ਼ਹਿਰ ਫਿਰੋਜ਼ਪੁਰ ਹੈ, ਮੇਰਾ ਨੰਬਰ ਤੈਨੂੰ ਮੈਂ ਦੱਸ ਦਿੱਤਾ ਹੈ, ਉਸ ਨੰਬਰ ਤੇ ਕਾਲ ਕਰਕੇ ਤੇ ਆਪਦਾ 1000 ਬਾਂਦਰ ਲੈ ਕੇ ਜਦੋਂ ਮਰਜ਼ੀ ਤੇਰਾ ਫੋਨ ਮੈਨੂੰ ਉਹ ਕੰਮ ਕਰਨ ਤੋਂ 4 ਘੰਟੇ ਪਹਿਲਾਂ ਦੱਸ ਦੇਣਾ। ਤੇ ਦਾਸ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਫੌਜ ਤੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੇ ਵੀਰ, 125,000 ਫੌਜ ਹੀ ਤੇਰੇ ਕੋਲ ਆਵੇਗੀ ਤੇ 1000 ਬਾਂਦਰ ਨੂੰ ਬਣਦਾ ਨਾਮ ਦੇ ਕੇ ਤੋਰਾਂਗੇ। ਤੁਸੀਂ ਤਾਂ ਦੇ ਜਾਣਾ ਪੁਤਲੇ ਫੂਕਣ ਦੀ ਗੱਲ। ਜੇਕਰ ਆ ਦਾਸ ਦੇ ਹੱਥ ਦੇ ਵਿੱਚ ਫੜੀਏ ਸੰਤ ਜਰਨੈਲ ਸਿੰਘ ਦੀ ਫੋਟੋ, ਇਹਨੂੰ ਟੰਗ ਦਿਆਂਗੇ ਉੱਥੇ ਰੁੱਖ ਦੇ ਨਾਲ, ਤੇ 1 ਵੀ ਮਾਈ ਦਾ ਲਾਲ ਤੁਸੀਂ ਇਹਨਾਂ ਬਾਂਦਰਾਂ ਦੇ ਵਿੱਚੋਂ ਇਸ ਫੋਟੋ ਨੂੰ ਹੱਥ ਲਾ ਜਾਓ ਤੇ ਮੇਰਾ ਸਿਰ ਕੱਟ ਦੇਗੇ ਆਪਦੇ ਹੱਥ ਨਾਲ ਸਿਰ। ਇਹ ਉਹ ਗੁਰੂ ਖਾਲਸਾ ਹੈ ਜਿਸ ਗੁਰੂ ਖਾਲਸੇ ਨੇ ਇੱਥੋਂ ਅਹਿਮਦ ਸ਼ਾਹ ਅਬਦਾਲੀ ਦਾ ਬਿਸਤਰਾ ਗੋਲ ਕੀਤਾ, ਸੋਮਨਾਥ ਮੰਦਰ ਦੇ ਲੱਥੇ ਹੋਏ ਦਰਵਾਜ਼ੇ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਨੂੰ ਲਿਜਾਂਦਾ ਰਸਤੇ ਦੇ ਵਿੱਚ ਲਾ ਕੇ ਖੋਏ। ਦੁਨੀਆ ਭਰ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਫੇਸਬੁੱਕ ਤੇ ਸੰਤਾਂ ਦੇ ਪੁਤਲੇ ਫੂਕਣ ਵਾਲੇ ਬਾਂਦਰ ਕਦੀ ਸਾਹਮਣੇ ਨਹੀਂ ਆਏ। ਜੇ ਹਿੰਮਤ ਹੈ ਤਾਂ ਕਿਸੇ ਨੂੰ ਹੋਰ ਨੂੰ ਚੈਲੰਜ ਕਰਨ ਦੀ ਲੋੜ ਨਹੀਂ। ਇੱਕ ਵਾਰ ਨੰਬਰ ਫੇਰ ਨੋਟ ਕਰ ਲਾ, 9779784074, ਤੇ ਸਾਡੇ ਇੰਟੈਲੀਜੈਂਟ ਦੇ ਜਿਹੜੇ ਸਿੰਘ ਨੇ ਉਹ ਤਿਆਰ ਬਰ ਤਿਆਰ ਹੋ ਕੇ ਤੇਰੇ 4 ਘੰਟੇ ਦੇ ਵਕਫੇ ਨੂੰ ਉੱਥੇ ਚੈੱਕ ਕਰ ਲੈਣਗੇ ਜਿੱਥੇ ਤੂੰ ਦੇਵੇਂਗਾ। ਤੁਹਾਡੇ ਵਰਗੇ ਬੇਵਕੂਫਾਂ ਦੇ ਬੇਵਕੂਫ ਬਣਾਏ ਅਸੀਂ ਐਵੇਂ ਭੱਜੇ ਵੀ ਨਹੀਂ ਫਿਰਾਂਗੇ। ਜੇ ਤੁਹਾਡੇ ਬਾਂਦਰ 1000 ਦੀ ਗਿਣਤੀ ਦੇ ਵਿੱਚ ਫਿਰੋਜ਼ਪੁਰ ਪਹੁੰਚ ਜਾਂਦੇ ਹਨ ਤਾਂ 5 ਮਿੰਟਾਂ ਦੇ ਵਿੱਚ ਸਿੰਘ ਖਾਲਸਾ ਫੌਜ ਤੁਹਾਡੇ ਕੋਲ ਹੋਵੇਗੀ। ਤੇ ਐਵੇਂ ਰੋਜ਼ ਦਿਹਾੜੇ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਤੇ ਗੁਰੂ ਖਾਲਸੇ ਦਾ ਨਿਰਾਦਰ ਕਰਕੇ ਤੇ ਆਪਦੀਆਂ ਰੋਟੀਆਂ ਨਾ ਸੇਕੋ ਇਸ ਦੇਸ਼ ਦੇ ਵਿੱਚ, ਇਹ ਦੇਸ਼ ਨੂੰ ਲਾਂਬੂ ਨਾ ਲਾਓ, ਨਹੀਂ ਤਾਂ ਤੁਹਾਡੇ ਵਰਗੇ ਖੁਸਰੇ ਜਿਹੜੇ ਹਨ ਨਾ ਇਸਲਾਮ ਧਰਮ ਕਬੂਲ ਕਰਕੇ ਤੇ ਜੰਜੂ ਲਾ ਕੇ ਤੇ ਅੱਲਾਹੂ ਕਰਦੇ ਬਹੁਤੇ ਦੇਰ ਨਹੀਂ ਲਾਉਂਦੇ। ਹਿੰਦੁਸਤਾਨ ਦੇ ਵਿੱਚ ਜਿੰਨੇ ਮੁਸਲਮਾਨ ਹਨ ਇਹ ਬਾਹਰੋਂ ਆਣ ਕੇ ਨਹੀਂ ਵੱਸੇ, ਇਹ ਤੇਰੇ ਵਰਗੀਆਂ ਗੰਦੀਆਂ ਲਾਦਾਂ ਹੀ ਡਰਦੀਆਂ ਮੁਸਲਮਾਨ ਬਣੀਆਂ ਹਨ। ਤੇ ਗੁਰੂ ਕਲਗੀਧਰ ਪਾਤਸ਼ਾਹ ਦੀ ਫੌਜ ਜਿਹਨੇ ਦੇਸ਼ ਦਾ ਨਾਮ ਉੱਚਾ ਕੀਤਾ ਭਾਰਤ ਵਰਸ਼ ਦਾ, ਉਹ ਖਾਲਸਾ ਅੱਜ ਵੀ ਗੱਜ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।